ਰਾਜਪੁਰਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਵੱਲੋਂ ਪਾਰਟੀ ਵਰਕਰਾਂ ਦੀ ਰੱਖੀ ਗਈ ਮੀਟਿੰਗ ਦੇ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ। ਰਾਜਪੁਰਾ ਤੋਂ ਆਜ਼ਾਦ ਤੌਰ ਤੇ ਚੋਣ ਲੜ ਰਹੇ ਜਗਦੀਸ਼ ਕੁਮਾਰ ਜੱਗਾ ਦੇ ਉੱਪਰ ਤਿੱਖੇ ਸ਼ਬਦਾਂ ਦਾ ਵਾਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਪਾਰਟੀ ਦੇ ਖਿਲਾਫ ਬਗਾਵਤ ਕਰੇਗਾ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਉਹਨਾਂ ਜੱਗੇ ਨੂੰ 6 ਸਾਲਾਂ ਦੇ ਲਈ ਪਾਰਟੀ ਤੋਂ ਬਰਖਾਸਤ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਸ਼ਰਤ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੇ ਹਰੇਕ ਵਰਕਰ ਤੇ ਲਾਗੂ ਹੋਵੇਗੀ। ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਿਆ ਸੀ ਤਾਂ ਉਸ ਦੀ ਪਾਰਟੀ ਭੰਗ ਹੋ ਗਈ ਸੀ ਤੇ ਉਸ ਦੀ ਬੁਕਤ ਵੀ ਪੂਰੀ ਤਰ੍ਹਾਂ ਖਤਮ ਹੋ ਕੇ ਰਹਿ ਗਈ ਸੀ। ਬਾਦਲ ਸਾਹਿਬ ਨੇ ਇਹ ਕਿਹਾ ਕਿ ਜੇ ਕੋਈ ਵਿਰੋਧ ਕਰੇਗਾ ਤਾਂ ਉਹ ਪਾਰਟੀ ਚੋਂ ਬਾਹਰ ਜਾਏਗਾ। ਇਸ ਲਈ ਸਾਡੀ ਇਸ ਤਰ੍ਹਾਂ ਦਾ ਗਠਬੰਧਨ ਆ ਔਰ ਅਸੀਂ ਇਹ ਮਿਲ ਕੇ ਪੰਜਾਬ ਦੇ ਅੰਦਰ ਤੀਸਰੀ ਵਾਰ ਸਰਕਾਰ ਬਣਾਉਣੀ ਹੈ। ਮੋਸਟਲੀ ਇੱਕਜੁੱਟ ਇਸ ਟਾਈਮ ਇੱਕਜੁੱਟ ਹੈਗੇ ਨੇ, ਪਹਿਲਾਂ ਜਿਹਨਾਂ ਨੇ ਕਿਸੇ ਨੂੰ ਰਾਜਗੀ ਸੀਗੀ ਉਹ ਹੁਣ ਦੂਰ ਹੋ ਚੁੱਕੀ ਹੈ। ਇੱਕ ਜੇ ਕੋਈ ਇੱਕ ਦੁੱਕਾ ਹੈਗਾ ਆ ਉਹ ਵੀ ਦੂਰ, ਕੋਸ਼ਿਸ਼ ਹੈ ਵੀ ਦੂਰ ਹੋ ਜੂਗੀ। ਇਨ ਕੇਸ ਅਗਰ ਦੂਰ ਨਹੀਂ ਹੁੰਦੀ ਕੋਈ ਇੱਦਾਂ ਦਾ ਕਰਦਾ ਤਾਂ ਉਹਨੂੰ ਫਿਰ ਪਾਰਟੀ ਦਾ ਰਸਤਾ ਬਾਹਰ ਦਿਖਾਇਆ ਜਾਊਗਾ। ਰਾਜਪੁਰਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਪਾਰਸ ਸੂਦ, ਅਜ਼ਾਦ ਟੀਵੀ ਨਿਊਜ਼।